ਸਨਾਮ ਸਿਟੀ ਪੁਲਿਸ ਨੇ ਕਾਰ 'ਚੋਂ 110 ਕਿਲੋ ਚੂਰਾ ਪੋਸ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਦਕਿ ਦੋ ਫਰਾਰ ਹੋਣ 'ਚ ਕਾਮਯਾਬ ਹੋਏ। ਮੁਲਜ਼ਮਾਂ ਨੂੰ 24 ਘੰਟਿਆਂ 'ਚ ਹੀ ਗ੍ਰਿਫਤਾਰ ਕਰ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਭਰਪੂਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਉੱਤਰ ਪ੍ਰਦੇਸ਼ ਤੋਂ ਸਨਾਮ ਵਿਖੇ ਨਸ਼ਾ ਵੇਚਣ ਲਈ ਆਉਂਦੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ। ਪੁਲਿਸ ਵੱਲੋਂ ਇਹਨਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਉੱਤੇ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਇਨਫੋਰਮੇਸ਼ਨ ਮਿਲੀ ਸੀ, ਪੁਲਿਸ ਪਾਰਟੀ ਪਿੱਛੇ ਲੱਗੀ, ਅੱਗੇ ਜਵੰਦਾ ਚੌਂਕ ਨਾਕਾ ਲਾ ਕੇ ਗੱਡੀ ਘੇਰ ਲਈ। ਗੱਡੀ 'ਚੋਂ ਦੋ ਬੰਦੇ ਸੀ ਜਿਹੜੇ ਭੱਜ ਗਏ, ਇੱਕ ਪ੍ਰਦੀਪ ਕੁਮਾਰ ਉਰਫ ਦੀਪ ਪੁੱਤਰ ਧਰਮਪਾਲ, ਬੜੇ ਪਿੰਡ ਦਾ, ਜਲੰਧਰ ਗਰਾਇਆ ਥਾਣੇ ਦਾ, ਅਤੇ ਉਹਨੂੰ ਅਸੀਂ ਕਾਬੂ ਕਰ ਲਿਆ। ਕਾਬੂ ਕਰਕੇ SI ਅਵਤਾਰ ਸਿੰਘ ਵੱਲੋਂ ਮੈਨੂੰ ਇਨਫੋਰਮੇਸ਼ਨ ਦਿੱਤੀ ਗਈ, ਮੈਂ ਮੌਕੇ 'ਤੇ ਗਿਆ। ਗੱਡੀ ਦੇ ਵਿੱਚ ਚਾਰ ਥੈਲੇ ਸੀ ਜਿਹੜੇ ਉਹ ਪਿਛਲੀ ਸੀਟ 'ਤੇ ਸੀ, ਅਤੇ ਡਿੱਗੀ ਖੋਲ੍ਹ ਕੇ ਚੈੱਕ ਕੀਤੀ ਤਾਂ 7 ਥੈਲੇ ਪਿਛਲੀ ਡਿੱਗੀ ਦੇ ਵਿੱਚ ਸੀਗੇ। ਕੁੱਲ 11 ਥੈਲੇ ਸੀ ਜਿਹੜੇ ਉਹ ਬਰਾਮਦ ਕੀਤੇ ਨੇ। ਗੱਡੀ ਦਾ ਨੰਬਰ ਹੈਗਾ DL4CAE 7327, ਟੋਇਟਾ ਕਰੋਲਾ, ਰੰਗ ਬਿਸਕੁਟੀ, ਅਤੇ ਬੰਦੇ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਹੈ, ਬਰਾਮਦਗੀ ਕੀਤੀ, ਅਤੇ ਉਹ ਤੋਂ ਪੁੱਛਗਿੱਛ ਕਰਕੇ ਦੂਸਰੇ ਦੋਸ਼ੀਆਂ ਦਾ ਨਾਮ ਪਤਾ ਕਲੀਅਰ ਕੀਤਾ। ਨਾਮ ਪਤਾ ਕਲੀਅਰ ਕਰਕੇ ਇੱਕ ਦੋਸ਼ੀ ਦਾ ਨਾਮ ਭੀਮ ਸਿੰਘ ਪੁੱਤਰ ਮੇਜਰ ਸਿੰਘ, ਇਹ ਆਪਣੇ ਨਵੀਂ ਰਾਜ ਮੰਡੀ ਦਾ ਰਹਿਣ ਵਾਲਾ। ਇੱਕ ਰੌਕੀ ਨਾਮ ਦਾ ਬੰਦਾ ਉਹਨੇ ਦੱਸਿਆ ਸੀਗਾ, ਅਤੇ ਉਹ ਵੀ ਅਸੀਂ 24 ਘੰਟਿਆਂ ਦੇ ਅੰਦਰ ਜਿਹੜਾ ਭੀਮ ਸਿੰਘ ਸੀ ਉਹਨੂੰ ਦਿੜਬੇ ਤੋਂ, ਅਤੇ ਜਿਹੜਾ ਰੌਕੀ ਸੀ, ਵੈਸੇ ਉਹ ਚੁਣੂ ਜ਼ਿਲ੍ਹੇ ਦਾ ਰਾਜਸਥਾਨ ਦਾ, ਉਹਨੂੰ ਅਸੀਂ ਪਲਾਸੌਰ ਤੋਂ ਗ੍ਰਿਫਤਾਰ ਕਰ ਲਿਆ। ਅੱਜ ਕੁੱਲ ਜਿਹੜੇ 11 ਥੈਲੇ ਸੀਗੇ ਉਹਨਾਂ ਦਾ ਵੇਟ ਕੀਤਾ ਬਾਅਦ ਵਿੱਚ, ਹਰੇਕ ਥੈਲਾ ਸੀ ਜਿਹੜਾ ਉਹ 10-10 ਕਿਲੋਗ੍ਰਾਮ ਦਾ ਨਿਕਲਿਆ। ਟੋਟਲ ਜਿਹੜੀ ਭੁੱਕੀ ਹੈ 1 ਕੁਇੰਟਲ 10 ਕਿਲੋ ਹੋਈ ਹੈ, ਜਿਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਅੱਜ ਦੋਸ਼ੀ ਜਿਹੜਾ ਕੱਲ੍ਹ ਗ੍ਰਿਫਤਾਰ ਕੀਤਾ ਸੀ ਉਹਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਅੱਗੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਉਹ ਕਾਰਵਾਈ ਕਰਨ ਤੋਂ ਬਾਅਦ ਦੋਨੋਂ ਦੋਸ਼ੀ ਨੇ ਜਿਹੜੇ ਗ੍ਰਿਫਤਾਰ ਕਰ ਲਏ ਨੇ। ਇਹ ਕੋਟਾ ਰਾਜਸਥਾਨ ਤੋਂ ਮਾਲ ਲਿਆਉਂਦੇ ਸੀਗੇ ਇੱਥੇ ਆਪਣੇ ਲੋਕਲ, ਇਹ ਜਿਹੜਾ ਹੈਗਾ ਭੀਮ ਇਹ ਖੁਦ ਵੇਚਦਾ ਸੀ, ਅਤੇ ਹੋਰ ਵੀ 1-2 ਟਿਕਾਣਿਆਂ 'ਤੇ ਇਹ ਦਿੰਦੇ ਰਹੇ ਨੇ, ਜਿਨ੍ਹਾਂ ਦੀ ਤਫਤੀਸ਼ ਅਸੀਂ ਇਨਵੈਸਟੀਗੇਸ਼ਨ ਦੌਰਾਨ ਕਰ ਰਹੇ ਹਾਂ। 2 ਦਿਨ ਦੇ ਪੁਲਿਸ ਰਿਮਾਂਡ 'ਤੇ ਇਹ ਦੂਸਰੇ ਦੋਸ਼ੀ ਵੀ ਗ੍ਰਿਫਤਾਰ ਕਰ ਲਏ ਗਏ ਨੇ। ਸਰ, ਇਹਨਾਂ ਦੇ ਕੋਈ ਮਾਮਲੇ ਵੀ ਦਰਜ ਨੇ ਪਹਿਲਾਂ? ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਵੀ ਇਹ ਕਈ ਕੇਸਾਂ ਵਿੱਚ ਅਦਰ ਸਟੇਟ ਦੇ ਵਿੱਚ ਵੀ ਅਤੇ ਆਪਣੀ ਸਟੇਟ ਦੇ ਵਿੱਚ ਵੀ ਭਗੌੜੇ ਨੇ। ਅਜੇ ਪੂਰੀ ਤਰ੍ਹਾਂ ਪੁਖਤਾ ਜਾਣਕਾਰੀ ਨਹੀਂ ਆਪਾਂ ਦੇ ਸਕਦੇ ਵੀ ਕਿਹੜੀ FIR ਨੰਬਰ ਹੈ ਜਾਂ ਕੀ ਹੈ, ਉਹ ਤਫਤੀਸ਼ ਦੌਰਾਨ ਪਤਾ ਲਗਾਵਾਂਗੇ। 1-2 ਕੇਸਾਂ ਦੇ ਵਿੱਚ PO ਹੋਣ ਦੀ ਵੀ ਸੰਭਾਵਨਾ ਹੈ। ਇੱਕ ਤਾਂ ਆਪਣੇ ਹੀ ਅਨਾਜ ਮੰਡੀ 'ਚ ਹੋ ਗਿਆ ਦੋਸ਼ੀ ਜਿਹੜਾ ਇਹ ਵੇਚਦਾ ਸੀ, ਅਤੇ ਆਪਣੇ ਆਲੇ ਦੁਆਲੇ ਨੇੜੇ ਤੇੜੇ ਪਤਾ ਲੱਗਿਆ, ਜਿਹਦੀ ਅਜੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇੰਟਰ ਸਟੇਟ ਜਿਹੜਾ ਇਹ ਨਸ਼ਾ ਲਿਆ ਕੇ ਵੇਚਿਆ ਜਾ ਰਿਹਾ, ਇਹਨਾਂ ਦੋਸ਼ੀਆਂ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਪੁਲਿਸ ਨੂੰ ਕਲਿਊ ਮਿਲਣਗੇ ਕੁਛ ਹੋਰ ਵੀ? ਜਿਹੜਾ ਬਿਲਕੁਲ ਮਿਲਣਗੇ ਜੀ, ਇਹ ਕਿਹਨਾਂ ਕਿਹਨਾਂ ਨੂੰ ਵੇਚਦੇ ਸੀ, ਕਿੱਥੋਂ ਕਿੱਥੋਂ ਇਹ ਪੇਮੈਂਟਾਂ ਪਾਉਂਦੇ ਸੀ, ਉਹ ਸਾਰਾ ਇਨਵੈਸਟੀਗੇਸ਼ਨ ਜਿਹੜਾ ਅਸੀਂ ਔਨ ਰਿਕਾਰਡ ਲੈ ਕੇ ਆਵਾਂਗੇ।